ਗਰਮੀ ਦੇ ਨਾਲ ਪਾਰਾ 45 ਡਿਗਰੀ ਤੋਂ ਪਾਰ ਹੋ ਗਿਆ। ਇਸ ਗਰਮੀ ਦੇ ਜਿੱਥੇ ਹੋਰ ਸਾਈਡ ਇਫੈਕਟ ਨੇ ਉੱਥੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵੀ ਇਜ਼ਾਫਾ ਹੈ। ਮੈਂ ਇਸ ਵੇਲੇ ਸਬਜ਼ੀ ਮੰਡੀ ਦੇ ਵਿੱਚ ਇੱਕ ਵਾਰ ਸਬਜ਼ੀਆਂ ਵੇਖ ਲਓ ਕਿ ਸਬਜ਼ੀਆਂ ਦੇ ਰੇਟ ਨੇ ਜਿਹੜੇ ਉਹ ਅਸਮਾਨ ਨੂੰ ਛੂੰਦੇ ਹੋਏ ਨਜ਼ਰ ਆ ਰਹੇ ਨੇ। ਗੁਬਾਰੇ ਦੀ ਫੜੀ ਦਾ ਰੇਟ 150 ਰੁਪਏ ਤੋਂ ਪਾਰ ਹੋ ਚੁੱਕਿਆ, ਤੋਰੀ 80 ਰੁਪਏ ਅਤੇ ਕੱਦੂ ਹੈ ਜਿਹੜਾ 10 ਤੋਂ 20 ਰੁਪਏ ਮਿਲਣ ਵਾਲਾ ਉਹ 60 ਰੁਪਏ ਤੋਂ ਪਾਰ ਹੁੰਦਾ ਨਜ਼ਰ ਆ ਰਿਹਾ। ਅਰਬੀ ਦੀ ਗੱਲ ਕੀਤੀ ਜਾਵੇ 80 ਰੁਪਏ, ਚੌਲੇ 100 ਰੁਪਏ ਅਤੇ ਪਿਆਜ਼ ਹੈ ਜਿਹੜੇ ਪਿਆਜ਼ਾਂ ਦਾ ਰੇਟ ਵੀ 40 ਰੁਪਏ ਤੋਂ ਪਾਰ ਹੋ ਗਿਆ। ਤਾਂ ਕਰਕੇ ਲੋਕ ਨੇ ਮਹਿੰਗਾਈ ਦੀ ਮਾਰ ਦੇ ਥੱਲੇ ਜਿਉ ਰਹੇ ਨੇ, ਔਰ ਦੂਸਰੇ ਪਾਸੇ ਜਿਹੜੇ ਦੁਕਾਨਦਾਰ ਨੇ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨ ਨੇ, ਕਿਉਂਕਿ ਜ਼ਿਆਦਾ ਸਬਜ਼ੀ ਸਟਾਕ ਕੀਤੀ ਜਾਂਦੀ ਹੈ ਤਾਂ ਉਹ ਸਬਜ਼ੀ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ, ਖਰਾਬ ਹੋ ਜਾਂਦੀ ਹੈ। ਜਿਹੜੇ ਸਬਜ਼ੀ ਖਰੀਦਣ ਵਾਲੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਦੇ ਮੁਕਾਬਲੇ ਘੱਟ ਸਬਜ਼ੀਆਂ ਜਿਹੜੀਆਂ ਖਰੀਦ ਰਹੇ ਨੇ, ਕਿਉਂਕਿ ਇੱਕ ਪਾਸੇ ਗਰਮੀ ਅਤੇ ਦੂਸਰੇ ਪਾਸੇ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ। ਆਪਾਂ ਗੱਲਬਾਤ ਕਰਦੇ ਹਾਂ ਬਈ, ਕਿੰਨਾ ਫਰਕ ਕਿੰਨਾ ਪੈ ਰਿਹਾ ਸਾਡੇ ਜੋ, ਕਿੰਨਾ ਫਰਕ ਕਿੰਨਾ ਪੈ ਰਿਹਾ ਸਬਜ਼ੀ ਦੇ ਰੇਟ ਉੱਠ ਕੇ? ਮਹਿੰਗਾਈ ਦਾ ਕਰਕੇ ਜੀ ਆਮ ਆਦਮੀ ਤਾਂ ਜਮ੍ਹਾਂ ਹੀ ਨਹੀਂ ਖਰੀਦ ਸਕਦਾ ਜੀ। ਉਹਦਾ ਇਹ ਕਾਰਨ ਹੈ ਜੀ, ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹਣ ਲੱਗ ਗਏ। ਅਸੀਂ ਤਾਂ 19 ਲੈ ਕੇ ਜਾਂਦੇ ਹਾਂ ਜੀ, ਜਿੰਨੀ ਕੁ ਅਸੀਂ ਵਰਤ ਲਈਏ, ਕਿਉਂਕਿ ਖਰਾਬ ਹੋ ਜਾਂਦੀਆਂ ਹੈਗੀਆਂ। ਇਹ ਵੀ ਵਿਚਾਰੇ ਇੰਨੀਆਂ ਮਹਿੰਗੀਆਂ ਸਬਜ਼ੀਆਂ ਲਿਆ ਕੇ ਵੇਚਦੇ ਆ, ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ, ਕਿਉਂਕਿ ਆਪਦਾ ਇਹਨਾਂ ਨੂੰ ਵੀ ਘਰ ਬਾਰ ਬੱਚੇ ਪਾਲਣੇ ਆ। ਬਜਟ ਕਿੰਨਾ ਆਮ ਬੰਦੇ ਦਾ ਖਰਾਬ ਹੋ ਜਾਂਦਾ ਜਦੋਂ ਰੇਟ ਵੱਧ ਜਾਂਦੇ ਨੇ ਚੀਜ਼ਾਂ ਦੇ? ਬਜਟ ਤਾਂ ਹਿੱਲੀ ਜਾਂਦਾ ਜੀ, ਸਾਰਾ ਹੀ ਹਿੱਲੇ ਜਾਂਦਾ ਹੈਗਾ ਜੀ। ਜਿਹੜਾ ਗਾਂ ਵਾਲਾ ਸੋਚਿਆ ਹੁੰਦਾ ਸੀ ਕੰਮ ਵੀ ਆਹ ਕਰਨਾ ਹੈਗਾ, ਉਹ ਸਬਜ਼ੀ 'ਚ ਹੁਣ 300 ਰੁਪਏ ਦੀ ਸਬਜ਼ੀ ਲਿਆਏ ਜੀ, ਆਹ ਦੇਖ ਲਓ ਤੁਸੀਂ ਆਪ ਹੀ। ਫਲੀਆਂ ਦੇ ਰੇਟ ਬਹੁਤ ਮਹਿੰਗੇ ਹੋ ਗਏ ਜੀ, ਕੱਦੂ ਹੀ ਚੱਕੀ ਹੁੰਦੇ ਫੱਟੇ ਸਾਡੇ ਤਾਂ ਜੀ। ਹੁਣ ਤੁਸੀਂ ਆਪ ਹੀ ਦੇਖ ਲਓ ਜੀ, ਕੋਈ ਲੈਂਦੇ ਹਾਂ ਅਸੀਂ 19 ਹਿਸਾਬ ਨਾਲ ਲੈ ਕੇ ਜਾਂਦੇ ਹਾਂ, ਜਿੰਨੀ ਕੁ ਅਸੀਂ ਵਰਤਣੀ ਹੁੰਦੀ ਹੈਗੀ ਜੀ। ਫਾਲਤੂ ਨਹੀਂ ਲਿਜਾ ਸਕਦੇ ਵੀ ਐਵੇਂ ਸ਼ਾਮ ਨੂੰ ਵੀ ਬਣਾ ਲਈਏ। ਮਾਤਾ ਰੇਟ ਬੜੇ ਵੱਧ ਗਏ ਸਬਜ਼ੀਆਂ ਦੇ, ਰਸੋਈ ਚਲਾਉਣੀ ਔਖੀ ਕਿੰਨੀ ਹੋ ਗਈ ਆਮ ਬੁੜੀਆਂ ਨੂੰ? ਹਾਂ, ਗਰੀਬ ਬੰਦਾ ਤਾਂ ਖਰੀਦ ਨਹੀਂ ਸਕਦਾ ਜੀ ਸਬਜ਼ੀ, ਹੁਣ ਮਜਬੂਰੀ ਹੈ, ਲਿਆਉਣੀ ਪੈਂਦੀ ਹੈ ਸਾਨੂੰ। ਤਾਂ ਅਸੀਂ ਨਾਲ ਵੇਚਦੇ ਹਾਂ ਸਬਜ਼ੀ, ਜੇ ਲਿਆਵਾਂਗੇ ਤਾਂ ਫਿਰ ਵੇਚਾਂਗੇ ਤੇ, ਪਰ ਰੇਟ ਬਹੁਤ ਹੋਏ ਪਏ ਸਬਜ਼ੀਆਂ ਦੇ, ਕੋਈ ਹਾਲ ਨਹੀਂ। ਗਰੀਬ ਦਾ ਤਾਂ ਹੱਲ ਹੈ ਹੀ ਨਹੀਂ ਕੋਈ, ਗਰੀਬ ਤਾਂ ਅਮੀਰ ਹੀ ਆ ਜਿਹੜਾ ਖਾਈ ਜਾਂਦਾ, ਗਰੀਬ ਤਾਂ ਖਾ ਹੀ ਨਹੀਂ ਸਕਦਾ। ਤੁਰੇ ਫਿਰਦੇ ਆ ਵਿਚਾਰੇ, ਚਟਨੀ ਨਾ ਖਾਲੇ, ਚਿਬੜਾ ਨਾ ਖਾਲੇ, ਆਹ ਕੁਛ ਹੋ ਹੀ ਜਾਂਦਾ। ਬਸ ਆਹੀ ਆ ਸਬਜ਼ੀ। ਸਬਜ਼ੀ ਲੈਣ ਆਇਓ, ਕੀ ਲਿਆ ਕੀ ਹੈ? ਇਹ ਵੇਖੋ, ਕਦੋਂ ਦੀ ਪਲਕ ਹੈ? ਹੁਣ ਇਹ ਵੇਖ ਲੈ, ਕੀੜੇ ਕੂੜੇ ਫਿਰ ਵੀ ਗਰੀਬ ਨੂੰ ਤਾਂ ਖਾਣਾ ਪੈਂਦਾ। ਹੁਣ ਇਹ 30 ਰੁਪਏ ਦੀ ਪਲਕ ਹੈ, ਹੈ ਪਈਆ ਵੀ ਹੈ ਨਹੀਂ, ਵੇਖ ਲਓ ਥੋੜ੍ਹੇ ਸਾਹਿਬ। ਮਤਲਬ ਹੁਣ 100 ਰੁਪਏ 120 ਰੁਪਏ ਦਾ ਗੁਬਾਰਾ ਵਿਕਿਆ ਹੀ ਆ ਬੋਲੀ ਤੇ, 50 ਰੁਪਏ ਕੱਦੂ ਵਿਕੀ ਜਾਂਦਾ, ਤਾਂ ਕਰਕੇ ਤੇਜ਼ ਆ ਸਬਜ਼ੀ। ਹਾਂਜੀ, ਕਿੰਨਾ ਫਰਕ ਕਿੰਨਾ ਪੈ ਗਿਆ ਪਹਿਲਾਂ ਦੇ ਮੁਕਾਬਲੇ? ਗਰਮੀ ਦਾ ਅਸਰ ਹੈ ਜਾਂ ਅਸਰ ਕਾ ਦਾ ਕੀ ਲੱਗ ਰਿਹਾ? ਗਰਮੀ ਦਾ ਹੀ ਅਸਰ ਹੈ ਜੀ, ਡਬਲ ਰੇਟ ਹੋ ਗਿਆ ਮਤਲਬ। ਹਾਂ, ਔਖਾ ਮਤਲਬ। ਫਿਰ ਗਾਹਕ ਵੀ ਘਟਦਾ ਇਸ ਤਰੀਕੇ ਦੇ ਨਾਲ, ਜੇ ਸਬਜ਼ੀ ਦੇ ਰੇਟ ਵੱਧਦੇ ਗਾਹਕਾਂ ਦਾ ਸਬਜ਼ੀ ਗਾਹਕ ਘਟਦਾ ਹੀ ਹੈ ਜੀ। ਕਿਸੇ ਕਿਲੋ ਲਈ ਜਾਂਦੇ, ਅੱਧਾ ਕਿਲੋ ਲਈ ਜਾਂਦਾ, ਕੋਈ 600 ਗ੍ਰਾਮ ਲਈ ਜਾਂਦਾ, ਗਾਹਕ ਘਟਦਾਹੀ ਹੈ ਮਤਲਬ। ਬਿਲਕੁਲ, ਸਬਜ਼ੀ ਮੰਡੀ ਦੇ ਵਿੱਚ ਇਸ ਸਾਈਡ ਵੀ ਦੇਖੋ ਕਿ ਆਖਰ ਸਬਜ਼ੀਆਂ ਦੇ ਰੇਟ ਨੇ ਜਿਹੜੇ ਉਹ ਅਸਮਾਨ ਨੂੰ ਸੂੰਹਦੇ ਨਜ਼ਰ ਆ ਰਹੇ ਨੇ। ਅਸੀਂ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਆ, ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਆਖਰ ਫਰਕ ਕਿੰਨਾ ਪੈ ਰਿਹਾ ਬਾਈ ਜੀ, ਸਬਜ਼ੀ ਦੇ ਰੇਟ ਕਿੰਨੇ ਵੱਧ ਗਏ ਹੈ, ਕੀ ਰੇਟ ਰੂਟ ਕੀ ਹੈ ਦੱਸੋ ਪਹਿਲਾਂ? ਰੇਟ ਕੱਦੂ 60 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ ਹੈ, ਟਿੰਡੋ ਜਿਹੜੀ 80 ਹੈ, ਜਿਹੜੀ 2 ਨੰਬਰ ਦੀ ਆ ਰਹੀ ਹੈ ਉਹ ਤਾਂ ਜਮਾਂ ਹੀ ਸੜ ਗਈ ਹੈ, ਅਤੇ ਟਮਾਟਰ ਜਿਹੜਾ 11 ਸੀ ਉਹ 25-30 ਰੁਪਏ ਕਿਲੋ ਬੋਲੀ 'ਤੇ ਵਿਕ ਰਿਹਾ, ਅਤੇ ਬਾਕੀ ਤਰਬੂਜ ਸੜ ਜਾਂਦਾ ਜੀ, ਬਾਕੀ ਗੰਡੇ ਆ 40-50 ਰੁਪਏ ਹੋ ਗਿਆ ਜੀ, ਅਤੇ ਵਪਾਰੀ ਕਿਲੋ ਦੇ ਤਾਂ ਪਾਈਆ ਲੈ ਰਹੇ ਆ, ਬਹੁਤ ਹੀ ਬੁਰਾ ਹਾਲ ਨਾਲ ਸਾਡੇ ਵਪਾਰੀ ਜਿਹਨਾਂ ਕੋਲ ਟਮਾਟਰ ਤਾਂ ਅੱਧਾ ਤਾਗੀ ਹੋ ਜਾਂਦਾ ਜੀ, ਸਵੇਰੇ ਵਧੀਆ ਹੁੰਦਾ, ਸ਼ਾਮ ਨੂੰ ਦਾਗੀ ਹੋ ਜਾਂਦੇ। ਦਿੱਕਤ ਕਿੰਨੀ ਆਉਂਦੀ ਹੈ ਦੁਕਾਨਦਾਰ ਨੂੰ ਜਦੋਂ ਮਹਿੰਗੀ ਸਬਜ਼ੀ ਲੈਂਦੇ ਹੈ, ਲੈਣ ਵਾਲਾ ਵੀ ਉਹਨਾਂ ਨਹੀਂ ਆਉਂਦਾ, ਉਹ ਵੀ ਸੋਚ ਕੇ ਲੈਂਦਾ ਯਾਰ 100 ਰੁਪਏ ਦੇ ਦੇ, 50 ਦੇ ਦੇ। ਦਿੱਕਤ ਤਾਂ ਬਹੁਤ ਕੁਛ ਆਉਂਦੀ, ਸਾਨੂੰ ਬਹੁਤ ਕੁਛ, ਸਾਨੂੰ ਵੀ ਬੋਲ ਕੇ ਜਾਂਦੇ ਵੀ ਮਹਿੰਗਾਈ ਤੁਸੀਂ ਕਰ ਰੱਖੀ ਹੈ, ਅਸੀਂ ਕਹਾ
ਵਪਾਰੀ ਤੋਂ ਖਰੀਦਦੇ ਆ ਜੀ। ਸਾਨੂੰ ਬੁਰਾ ਹਾਲ ਹੈ, ਸਾਨੂੰ ਬਹੁਤ ਹੀ ਮੰਦਾ ਬੋਲਿਆ ਜਾਂਦਾ ਕਿਉਂਕਿ ਸਮਾਨ ਮਹਿੰਗਾ ਇੰਨਾ ਹੈ। ਕਾਲਾ ਬਾਜ਼ਾਰੀ ਦੇ ਵਿੱਚ ਕਿਤੇ ਨਾ ਕਿਤੇ ਅਸਰ ਹੈ, ਜਿਹੜੇ ਕੋਲਡ ਸਟੋਰਾਂ 'ਚ ਵੱਡੇ ਵਪਾਰੀ ਸਟੋਰ ਕਰਦੇ ਹੈ ਉਹਦਾ ਅਸਰ ਪੈਂਦਾ ਦੁਕਾਨਦਾਰਾਂ ਦੇ ਤੁਹਾਡੇ ਕੋਲ? ਮਹਿੰਗਾ ਉਹਨਾਂ ਦਾ ਕਰਕੇ ਕੋਈ ਅਸਰ ਨਹੀਂ, ਸਿਰਫ ਆਲੂ ਆ, ਆਲੂ ਸਟੋਰ ਹੋ ਸਕਦਾ, ਕੱਦੂ ਤਾਂ ਜਿੰਨਾ ਕੁ ਉੱਤਰਦਾ ਉਨਾ ਕੀ ਮੰਨ ਲਓ ਵਪਾਰੀ ਲੈ ਕੇ ਆਉਂਦੇ ਆ। ਬਾਈ ਦਿੱਕਤ ਕਿੰਨੀ ਆ ਰਹੀ ਆ ਆਮ ਬੰਦਿਆਂ ਨੂੰ, ਜਿਹੜੇ ਪਿੰਡਾਂ 'ਚੋਂ ਲੋਕ ਆਉਂਦੇ ਨੇ ਸਬਜ਼ੀਆਂ ਵਾਸਤੇ ਆਉਂਦੇ ਨੇ, ਦਿੱਕਤ ਕਿੰਨੀ? ਨਹੀਂ ਦਿੱਕਤ ਮਾਰੀ ਜੀ, ਇਸ ਤਰ੍ਹਾਂ ਜੀ ਆ ਹੁਣ ਸਬਜ਼ੀ ਹੈਗੀ, ਇਹਦੀ ਕੱਦੂ ਦੀ ਐਤਕੀ ਫਸਲ ਘੱਟ ਹੈ ਜੀ, ਇਹ ਲਵਾਈ ਘੱਟ ਹੈ, ਜ਼ਿਮੀਂਦਾਰ ਨੇ ਐਤਕੀ ਕੱਦੂ ਲਾਇਆ ਨਹੀਂ ਜੀ, ਇਹਦੇ ਕਰਕੇ ਤੇਜ਼ੀ ਹੋ ਗਈ ਜੀ। ਬਿਲਕੁਲ, ਸਬਜ਼ੀ ਮੰਡੀ ਦੇ ਵਿੱਚ ਲੋਕ ਨੇ ਪਰੇਸ਼ਾਨ ਨੇ ਕਿਉਂਕਿ ਇੱਕ ਪਾਸੇ ਗਰਮੀ ਦੀ ਮਾਰ ਆ, ਦੂਸਰੇ ਪਾਸੇ ਸਬਜ਼ੀਆਂ ਦੇ ਰੇਟ ਨੇ ਜਿਹੜੇ ਅਸਮਾਨ ਨੂੰ ਛੂਹ ਰਹੇ ਨੇ। ਜਿਹੜੀਆਂ ਸਬਜ਼ੀਆਂ 20 ਤੋਂ 30 ਰੁਪਏ ਕਿਲੋ ਸੀ ਉਹਨਾਂ ਦਾ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ, ਉਹ ਸਬਜ਼ੀਆਂ ਨੇ ਜਿਹੜੀਆਂ ਕੋਈ 70 ਰੁਪਏ ਆ, ਕੋਈ 80 ਰੁਪਏ, ਜਿਵੇਂ ਗੁਬਾਰੇ ਦੇ ਰੇਟ ਦੀ ਗੱਲ ਕੀਤੀ ਹੈ, 150 ਰੁਪਏ ਤੋਂ ਪਾਰ ਗੁਬਾਰੇ ਦੀ ਫਲੀ ਆ, ਤਾਂ ਕਰਕੇ ਲੋਕਾਂ ਦਾ ਕਿੱਥੇ ਕਿਤੇ ਨਾ ਕਿਤੇ ਬਜਟ ਹਲ ਰਿਹਾ। ਇੱਕ ਪਾਸੇ ਗਰਮੀ ਤੋਂ ਲੋਕ ਪਰੇਸ਼ਾਨ ਨੇ, ਦੂਸਰੇ ਪਾਸੇ ਵੱਧਦੀ ਮਹਿੰਗਾਈ ਹੈ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਲੋਕ ਹੈ ਮਹਿੰਗੀਆਂ ਸਬਜ਼ੀਆਂ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।